ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੇ ਯੂਟਿਊਬ ਚੈਨਲ। ਜੂਆ ਖੇਡਣ ਦੇ ਦੋਸ਼ 'ਚ ਗਧਾ ਗ੍ਰਿਫਤਾਰ। ਹਾਂਜੀ, ਤੁਸੀਂ ਸਹੀ ਸੁਣਿਆ, ਅੰਮ੍ਰਿਤਸਰ ਤੋਂ ਖਬਰ ਲੱਗੀ ਹੈ। ਪਾਕਿਸਤਾਨ ਦੇ ਜ਼ਿਲ੍ਹਾ ਰਹੀਮ ਯਾਰ ਖਾਨ ਦੀ ਪੁਲਿਸ ਨੇ 8 ਜਵਾਰੀਆਂ ਸਮੇਤ ਇੱਕ ਗਧੇ ਨੂੰ ਹਿਰਾਸਤ 'ਚ ਲੈ ਕੇ ਉਹਨਾਂ ਸਭ ਦੇ ਖਿਲਾਫ਼ FIR ਦਰਜ ਕੀਤੀ ਹੈ। ਰਹੀਮ ਯਾਰ ਖਾਨ ਪੁਲਿਸ ਥਾਣੇ ਦੇ SHO ਨੇ ਦੱਸਿਆ ਕਿ ਪੁਲਿਸ ਨੇ ਜੂਏਬਾਜ਼ਾਂ ਤੋਂ 1,20,000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਉਹਨਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਜਵਾਰੀ ਗਧਿਆਂ ਦੀ ਦੌੜ 'ਚ ਪੈਸੇ ਲਗਾ ਰਹੇ ਸਨ। ਇਸ ਦੋਸ਼ 'ਚ ਗਧੇ ਦੇ ਨਾਲ 8 ਹੋਰ ਸ਼ੱਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਗ੍ਰਿਫਤਾਰ ਜਵਾਰੀਆਂ ਨੂੰ ਥਾਣੇ ਦੇ ਅੰਦਰ ਅਤੇ ਕਿਸੇ ਦੋਸ਼ੀ ਗਧੇ ਨੂੰ ਗ੍ਰਿਫਤਾਰ ਕਰਨ ਬਾਅਦ ਥਾਣੇ ਦੇ ਬਾਹਰ ਬੰਨਿਆ ਗਿਆ ਹੈ। ਪੁਲਿਸ ਦਾ ਇਹ ਕਦਮ ਖੇਤਰ 'ਚ ਹੀ ਨਹੀਂ ਬਲਕਿ ਸੋਸ਼ਲ ਮੀਡੀਆ 'ਤੇ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।